ਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਤੁਸੀਂ ਦੇਖ ਦਿਓ ਆਪਣਾ ਪੈਰ ਪਾਮ ਜਿਹਾ ਲੱਗਦਾ, ਤਾਂ ਤੁਸੀਂ ਪਿਛਲੀ ਵੀਡੀਓ ਵੇਖੀ ਹੋਈ ਆ। ਅਤੇ ਹੁਣ ਆਪਾਂ ਜਾ ਕੇ ਆਪਣੇ ਖੇਤ ਆ, ਤੁਸੀਂ ਦੇਖ ਦਿਓ ਸਾਡੇ ਆਪਣੀ ਮੋਟਰ ਚੱਲਣ ਦੀ ਆ, ਅਤੇ ਤੁਸੀਂ ਦੇਖ ਦਿਓ ਇੰਨਾ ਪਾਣੀ ਦਿਆ ਨਿਕਲਣ ਦੇ ਹੁੰਦੇ। ਪੂਰੇ ਪੰਜਾਬ ਵਿੱਚ ਇੰਨੀਆਂ ਮੋਟਰਾਂ ਚੱਲਣ ਦੀਆਂ, ਅਤੇ ਵਿਸ਼ੇਸ਼ ਕਰ ਲੋਕ ਪੈਣ ਦਿਆ ਪੈਰ ਪਾਮ 'ਤੇ ਵੱਡੇ ਵਰਨ ਦੇ ਨਜ਼ਰੇ। ਅਤੇ ਬਾਕੀ ਤੁਸੀਂ ਦੇਖ ਕੇ ਦਿਓ ਪਾਣੀ ਆਪਣਾ। ਅਤੇ ਉੱਤੋਂ ਆ ਵੇਲਾ ਪੱਤਿਆਂ ਦਾ ਹਾਲ ਵੇਲਾ ਕੀ ਭਾਅ ਪਿਆਰ ਆ, ਉੱਤੋਂ ਪੱਤੇ ਚੁੱਕਣ ਦੇ, ਪੱਤੇ ਭਰਨ ਵਾਲੇ ਆ। ਅਤੇ ਬਾਕੀ ਮੈਂ ਨਾ ਪਹਿਲੇ ਝੋਨਾ ਭਾਡੀਏ, ਝੋਨਾ ਜ਼ਰੂਰੀ ਆ ਕਿਉਂਕਿ ਝੋਨਾ ਚੁੱਕਣ ਦਿਆ ਨਾ ਹਫ਼ਤਾ ਹੋ ਜਾ ਮੋਟਰ ਨਹੀਂ ਚਲਾਈ। ਅਤੇ ਆ ਤੁਸੀਂ ਵੇਖ ਛੱਡੇ ਆਪਣਾ ਆ, ਅਤੇ ਬਾਪਤੀ ਆ ਥੋਲਾ 92 20 ਜੁਲਾਈ ਦੀ ਲੱਤੀ ਹੋਈ ਆ, 2 ਮਹੀਨੇ ਦੀ ਹੋਈ ਆ, ਅਨਿਸ਼ਾਰਾ ਲੈ ਲਿਆ ਬਾਪਤੀ ਨੇ, ਵੇਖ ਲਓ। ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਓਕੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆਪਣਾ 110 ਝੋਨਾ। ਹੈ ਤੁਸੀਂ ਦੇਖ ਲਓ 110 ਝੋਨਾ ਉਹ ਕਿੱਦਾਂ ਚੁੱਕਾ ਪਿਆਰ ਆ। ਇਹ ਆ ਇੱਕ ਹਫ਼ਤਾ ਆਪਾਂ ਮੋਟਰ ਨਹੀਂ ਚਲਾਈ ਸੀ ਕਿਉਂਕਿ ਟਾਈਮ ਫਾਈਮ ਛੜਿਆ ਸੀ, ਅਤੇ ਦੂਜੇ ਪਾਸੇ ਬਿਜਲੀਆਂ ਨੇ ਹਟਾਇਆ ਕੀਤੀ ਹੋਈ ਸੀ, ਤੁਹਾਨੂੰ ਟਾਈਮ ਫਾਈਮ ਨਹੀਂ ਮਿਲਦੀ ਆਈ, ਬੜਾ ਗੇੜੇ ਮਾਰੇ ਬਿਜਲੀ ਘਰ। ਉਹ ਤਾਂ ਉਹ ਕਿਤੇ ਮੰਤਰੀ ਜੀ ਨੇ ਗੱਲ ਸੁਣਦੇ ਸੀ ਉਹ, ਅਤੇ ਬਾਕੀ ਜਦੋਂ ਝੋਨਾ ਦੇ ਇਹ ਚੁੱਕਾ ਤਾਂ ਝੋਨਾ ਚੁੱਕਣੇ ਸ਼ੁਰੂ ਹੋ ਗਏ, ਅਤੇ ਟਾਈਮ ਫਾਈਮ ਨਹੀਂ ਮਿਲ ਗਿਆ ਸੀ ਨਾਲੇ। ਹੁਣ ਟਾਈਮ ਫਾਈਮ ਮਿਲ ਗਿਆ, ਹੁਣ ਪਹਿਲਾਂ ਪਾਣੀ ਆਪਾਂ ਲਾਤਾ ਪਹਿਲਾਂ ਪਾਣੀ, ਅਤੇ ਦੇਖਿਓ ਝੋਨਾ ਹੀ ਦੇਖ ਲਓ, ਕੋਈ ਥੱਲੇ ਮੁੱਦ ਨਹੀਂ ਗਲਿਆ, ਕੋਈ ਬਿਮਾਰੀ ਨਹੀਂ ਪਈ, ਕਿਉਂਕਿ ਆਪਾਂ ਨਾ ਹਫ਼ਤੇ 'ਤੇ 2 ਪਾਣੀ ਦਿੰਦੇ ਨੇ ਝੋਨੇ ਚੁਕਾ ਚੁਕਾ 'ਤੇ। ਜੇ ਪਾਣੀ ਖਰਾ ਰੱਖਿਆ ਨਾ ਫਿਰ ਬਿਮਾਰੀ ਪੈਂਦੀ ਹੈ, ਜਿੱਦਾਂ ਤੇਲੇ ਦਾ ਹਮਲਾ ਵੱਧ ਜਾਂਦਾ, ਦਾ ਗੋਹ ਦੀ ਚੁੰਦੀ ਹੁੰਦੀ, ਚੀ ਬਲਾਸਟ ਹੁੰਦੀ ਆ, ਮੁੱਦ ਗਲਣਾ, ਉਹ ਫਿਰ ਜਾਈ ਬਿਮਾਰੀ ਪੈਂਦੀ ਹੈ। ਬਾਕੀ ਦੇਖ ਲਓ ਆਪਾਂ ਇਹ ਕਿਹਾ ਨੂੰ ਪਹਿਲਾਂ ਪਾਣੀ ਲੈਣਾ, ਤੁਸੀਂ ਦੇਖ ਲਓ ਇਹ ਹੀ ਆ 110 ਝੋਨਾ ਜੀ, 110 ਇਹ 26 ਜੂਨ ਦਾ ਲੱਦਾ ਵਾਰ 110 ਝੋਨਾ। ਅਤੇ ਬਾਕੀ ਵਾਹਿਗੁਰੂ ਜੀ ਕੀਪਰ ਆ, ਟਾਈਮ ਫਾਈਮ ਮਿਲ ਗਿਆ, ਉਹਦੇ ਮੋਟਰਾਂ ਚੱਲ ਪਈਆਂ ਨਾ, ਜੇ ਨਾ ਨਾ ਮਿਲਦਾ ਫਿਰ ਨਿਸ਼ਾਨ ਵਾਲਾ ਝੋਨੇ ਦਾ, ਅਤੇ ਕਹਿੰਦਾ ਹੁਣ ਝੋਨੇ ਜਾਈ ਲੋਰ ਆ ਪਾਣੀ ਦੀ, ਨਿਸ਼ਾਰਾ ਚਾਰ ਜਾਂ ਝੋਨਾ ਸਵੇਰੇ ਵੇਖ ਲਓ। ਜੋ ਕਹਿੰਦੇ ਹੁਣ ਆਪਣਾ ਦਾਣਾ ਵਧਾਵਾਂਗਾ, ਜੇ ਪਾਣੀ ਘੱਟ ਮਿਲਿਆ ਫਿਰ ਤੁਹਾਨੂੰ ਦਾਣਾ ਘੱਟ ਬਣੂਗਾ ਫਿਰ ਤੁਹਾਨੂੰ। ਬਾਕੀ ਤੁਸੀਂ ਵੀਡੀਓ ਦੇਖ ਲਓ, ਦੁਪਹਿਰ ਦਾ 1 ਵਜਾ ਹੀ ਆਪਾਂ ਦੇਖਾ ਕਰਨ ਆਏ ਹਾਂ ਕਿਹੜੇ ਕਿਹੜੇ ਨੂੰ ਪਾਣੀ ਲਾਇਆ ਏ। ਅਤੇ ਬਾਕੀ ਤੁਸੀਂ ਆਪਣੇ ਦਿਖਾ ਦਿੰਦਾ ਪੂਰੇ ਝੋਨੇ ਬਾਰੇ, ਫਿਰ 3 ਤਰੀਕ ਦਾ ਲੱਤਾ ਵਾ ਲੈ ਜੀ 110 ਝੋਨਾ। ਇਹ ਇਹਨਾਂ ਤੋਂ 15 ਦਿਨ ਪਹਿਲਾਂ ਲੱਤਾ, ਅੱਜ ਤੋਂ 10 ਦਿਨ ਪਹਿਲਾਂ ਲੱਦਾ ਦਾ, ਅਤੇ ਦੂਜੇ ਤੋਂ 15 ਦਿਨ। ਦੇਖ ਲਓ ਕਿੱਦਾਂ ਵਧੀਆ ਗਰੋ ਕੀਤਾ ਝੋਨੇ ਨੇ। ਆਈ ਆਪਣਾ 20 ਜੂਨ ਦਾ ਲੱਦਾ ਪਹਿਲਾਂ ਆਈਏ 110 ਝੋਨਾ 20 ਜੂਨ ਦਾ ਲੱਦਾ, ਅਤੇ ਇਹਦੇ ਨਾਲ ਦਾ ਕਿਆਰਾ ਰਹਾ ਸੀ ਉਹ 26 ਜੂਨ ਦਾ ਤਾਂ ਪਹਿਲਾਂ ਜਿਹਨੂੰ ਪਾਣੀ ਲੱਦਾ ਸੀ, ਅਤੇ ਆਹ ਲੱਦਾ ਰਹਾ 30 ਜੂਨ ਦਾ, ਇਹ 30 ਜੂਨ ਦਾ ਲੱਦਾ, ਅਤੇ ਇਹਦਾ ਤਾਂ ਨਾਲ ਦਾ ਰਹਾ ਆਹ ਲੱਦਾ 2 ਜੁਲਾਈ ਦਾ, ਇਹ 2 ਜੁਲਾਈ ਦਾ ਲੱਦਾ। ਅਤੇ ਬਾਕੀ ਝੋਨਾ ਬਹੁਤ ਵਧੀਆ ਰਹਾ, ਤੋਂ ਤਾਂ ਆਪਾਂ ਹਾਛਾ 20 ਜੂਨ ਤੋਂ ਲਾਉਂਦੇ ਹੁੰਦੇ ਥੋੜ੍ਹਾ ਲੇਟ, ਅਗੇਤਾ ਤੋਂ ਲਾਉਂਦੇ ਹਾਂ ਫਿਰ ਲੇਬਰ ਨਹੀਂ ਮਿਲਦੀ, ਲਵਾਈ ਵਾਈ ਮਿਲਦੀ ਨਹੀਂ ਆ, ਜੇ ਆਪਾਂ ਚੱਕਰ ਪਹਿਲੋਂ ਮਾਰ ਕਦੇ ਲੇਬਰ ਤਾਂ ਮਿਲਿਆ ਨਾ, ਫਿਰ ਯਾਰ ਕੱਦੂ ਆ ਜਾ ਪਾਣੀ ਉਹ ਮਗਰ ਸੁੱਕ ਜਾਂਦਾ, ਕੋਈ ਤਾਂ ਗੰਦ ਉੱਕ ਹੁੰਦਾ ਝੋਨਾ ਵੇਲੇ ਕਿੱਦਾਂ ਵਧੀਆ। ਸਿਰਫ 3 ਬੋਝਾਂ ਝੋਝਾਂ ਪਾਈਆਂ ਨਾ, ਅਤੇ ਅੱਧੀ ਬੋਝ ਦਾਈ ਪਾਈ ਆ, 3 ਕਿਲੋ ਛੱਪੜ ਅਤੇ 8 ਕਿਲੋ ਜਿੰਕ,
ਬਾਕੀ ਇਹ ਥੱਲੋਂ ਦਿਖਾ ਹੀ ਦਿੰਦਾ ਹੁਣ ਭੋਂ ਗਿੱਲੀ ਆ ਨਾਲੇ ਇਹਦੀ ਚੱਕ ਕਰ ਦਿਖਾ ਦਿੰਦਾ ਮਿੱਟੀ ਦੇਖ ਲੋ ਝੋਨਾ ਬਹੁਤ ਵਧੀਆ ਆਪਾਂ ਪਹਿਲੇ ਸਵੇਰ ਕਰਤੀ ਸੀ ਉਹ ਜੀ ਆਪਾਂ ਵੀਡੀਓ ਅਪਲੋਡ ਕਰਾਂਗੇ ਇੱਕ ਦੋ ਦਿਨਾਂ ਨੂੰ ਵੀਹ ਦਿਨ ਸਵੇਰ ਕੀਤੀ ਨਹੀਂ ਤਾਂ ਵੀਡੀਓ ਅਪਲੋਡ ਨਹੀਂ ਕੀਤੀ ਸੀ ਉਦੋਂ ਤਾਂ ਨਹੀਂ ਮਿਲਿਆ ਕਿਤੇ ਚਲ ਜਾਏ ਹੈ ਅਸੀਂ ਕੋਈ ਹੁਣ ਅਪਲੋਡ ਕਰਦਾ ਤਾਂ ਤੁਸੀਂ ਜ਼ਰੂਰ ਦੇਖਣਾ ਹੁਣ ਆਪਾਂ ਸ਼ਾਮ ਨੂੰ ਆਏ ਹਾਂ ਚੈੱਕ ਕਰਨ ਪੈਣ ਤਾਂ ਅਗਲੇ ਕੈਦ ਜਾਣ ਦਿਆ ਸੀ ਇਹ ਵੇਲਾ ਗੋਬਿੰਦ ਚੁੰਦੀ ਪਈ ਸੀ ਉਦੋਂ ਇਹ ਹੁਣ ਖਤਮ ਹੋ ਜਾਈ ਮੁੱਕ ਨਹੀਂ ਕੋਈ ਪਈ ਮੈਨੂੰ ਪਹਿਲਾਂ ਪੈਣ ਲਿੱਤੇ ਹਫ਼ਤੇ ਬਾਅਦ ਤੁਸੀਂ ਦੇਖ ਲਓ ਅਤੇ ਮੀਂਹ ਨਹੀਂ ਨਾ ਇੰਨਾ ਪਿਆ ਪੁੱਛ ਲਿਆ ਇੰਨਾ ਮੀਂਹ ਪਿਆ ਸੀ ਹਾਰਾ ਜਿਹਾ ਸੀ ਅਤੇ ਤਿੰਨ ਤਿੰਨ ਚਾਰ ਚਾਰ ਪੁੱਤ ਪਾਣੀ ਪੈ ਰਿਹਾ ਝੋਨਿਆਂ 'ਚ ਅਤੇ ਇੱਕ ਮਹੀਨਾ ਮੋਟਰ ਬੰਦ ਰਹੀ ਸੀ ਅਤੇ ਇਹ ਤਾਂ ਸ਼ਾਇਦ ਵੇਖ ਲਾ ਮੀਂਹ ਪਿਆ ਨਹੀਂ ਆ ਫਿਰ ਹਫ਼ਤੇ 'ਚ ਦੋ ਪਾਣੀ ਦੇਣੇ ਪੈਂਦੇ ਸ਼ਾਇਦ ਅਤੇ ਮਹੀਨੇ ਜਦੋਂ ਬੰਦ ਅੱਤ ਪਾਣੀ ਲੈਦੇ ਜਾਂਦੇ ਸੀ ਮਹੀਨੇ 'ਚ ਅੱਤ ਪਾਣੀ ਅਤੇ ਬਾਕੀ ਝੋਨਾ ਵਧੀਆ ਰਿਹਾ ਝੋਨਾ ਵਧੀਆ ਨਿਕਲ ਛਾਲ ਜਾਂਦਾ ਬਾਕੀ ਝੋਨਾ ਦੇਖ ਲੋ ਆਦਾ ਝੋਨਾ ਨਹੀਂ ਹੁਣ ਆਪਾਂ ਇੱਕ ਹਫ਼ਤੇ ਹੀ ਆਪਾਂ ਦੂਜੀ ਜਵੇਹ ਕਰਨੀ ਆ ਲਾਤ ਜਦੋਂ ਨਿਸ਼ਾ ਲੈ ਲਿਆ ਜਾਵੇ ਝੋਨੇ ਨੂੰ ਅਤੇ ਪਹਿਲੇ ਜਵੇ ਆਪਾਂ ਕਰਤੀ ਸੀ ਅਤੇ ਤੁਸੀਂ ਆਹ ਤੁਸੀਂ ਦੇਖ ਲਓ ਇਹ ਆਪਾਂ ਵੀਡੀਓ ਅਪਲੋਡ ਕਰਾਂਗੇ ਇੱਕ ਦੋ ਦਿਨਾਂ 'ਚ ਓਕੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਦੱਸਣਾ ਧੰਨਵਾਦ ਜੀ।